जिदा मेरी मामी मामे ने मैनू भेजा तो होस्पिटल की जॉब किया उत्थे मैनू गलत काम लई मजबूर किया जाता मैनू नहीं बाकी होर भी कुड़ियां नू मजबूर किया जाता इस करके मैं कहनी जिदा सरकार ने मेरी मदद की उन्होंने भी मदद की जाए फोन फड ले पासपोर्ट फड ले तो कमरे च रख दिता उत्तों लॉक लाते होर भी मेरे तो अलावा होर भी बहुत कुड़ियां सीगी होस्पिटल दी जॉब आ जिदा तू इत्थे काम कर रही उदे तू उत्थे काम करना सैलरी भी वधिया उत्थे सैलरी भी घट ही तो काम भी कहिंदे अगर नहीं तो होस्पिटल दा कोई भी काम करना तुहानू गलत काम विच मजबूर किया जांदा फिर जल्दी सर एक टाइम ही खाना दिंदे सी दुपहर नूं बस ਹੁਣ ਕੀ ਤੁਸੀਂ ਮੰਗ ਕੀ ਕਰਦੇ ਹੋ ਸਰ ਮੈਂ ਕਹਿੰਦੀ ਜਿੱਦਾਂ ਸਰਕਾਰ ਨੇ ਮੇਰੀ ਮਦਦ ਕੀਤੀ ਬਸ ਉਹ ਉਹਨਾਂ ਦੀ ਮਦਦ ਕਰੇ ਸਰ 25-30 ਕੁੜੀਆਂ ਉੱਥੇ ਕਿੱਥੇ ਦੀਆਂ ਰਹਿਣ ਵਾਲੀਆਂ ਅੰਮ੍ਰਿਤਸਰ ਦੀਆਂ ਤੇ ਜਲੰਧਰ ਦੀਆਂ ਸਰ ਬਹੁਤ ਬੁਰਾ ਹਾਲ ਸੀ ਕਹਿੰਦਾ ਰੋ ਰੋ ਕੇ ਗੱਲ ਵੀ ਨਹੀਂ ਸਾਡੇ ਨਾਲ ਹੁੰਦੀ ਸਾਨੂੰ ਪਤਾ ਨਹੀਂ ਕਿੱਦਾਂ ਠੀਕ ਆ ਕਿ ਨਹੀਂ ਰੋਟੀ ਖਾਧੀ ਆ ਕਿ ਨਹੀਂ ਕੀ ਹਿਸਾਬ ਕਿਤਾਬ ਕੰਮ 'ਤੇ ਗਈ ਆ ਕਿ ਨਹੀਂ ਹੋਸਪਿਟਲ ਤਾਂ ਕਹਿ ਕੇ ਕੱਲ੍ਹ ਤਾਂ ਇੱਧਰੋਂ ਸਾਫ਼ ਸਫਾਈ ਕਰਨੀ ਕੁਛ ਕਰਨਾ ਉੱਧਰ ਜਾ ਕੇ ਇਹਨੂੰ ਗਲਤ ਕੰਮ 'ਚ ਮਜਬੂਰ ਕਰਦੇ ਸੀਗੇ ਅਤੇ ਬਹੁਤ ਦੁਖੀ ਹੋ ਗਏ ਸੀਗੇ ਜੇ ਸਾਨੂੰ ਇਹ ਗੱਲ ਦਾ ਪਤਾ ਲੱਗਾ ਮੇਰੇ ਮਾਮੇ ਨੇ ਅਤੇ ਮਾਮੀ ਨੇ ਮੇਰੇ ਨਾਲ ਬਹੁਤ ਮਾੜਾ ਕੀਤਾ ਵਾ ਮੇਰੇ ਨਾਲ ਆਪਦੇ ਮੇਰੇ ਧੋਖਾ ਕਰ ਗਿਆ ਜੀ ਉਹ ਕਹਿ ਰਹੇ ਆ ਜੀ ਕਿ 3 ਲੱਖ ਰੁਪਈਆ ਦਾ ਉਹਦੇ ਤੁਹਾਡੀ ਘਰ ਦੀ ਨੂੰ ਫਿਰ ਵਾਪਸ ਕੀਤਾ ਜਾਊਗਾ ਇੰਡੀਆ ਪਰ ਮੈਂ 3 ਲੱਖ ਰੁਪਈਆ ਨਹੀਂ ਦੇ ਸਕਦਾ ਸਰ ਮੈਂ ਸਰਕਾਰ ਤੱਕ ਮੰਗ ਕੀਤੀ ਪੁਲਿਸ ਕੇਸ ਕੀਤਾ ਇਹਨਾਂ 'ਤੇ ਏਜੰਟ 'ਤੇ ਤੁਸੀਂ ਇੱਥੇ ਕਿੱਦਾਂ ਕਿਰਾਏ 'ਤੇ ਰਹਿੰਦੇ ਹੋ ਹਾਂਜੀ ਸਰ ਰੈਂਟ 'ਤੇ ਰਹਿੰਦੇ ਅਤੇ ਕਿਸ ਤਰ੍ਹਾਂ ਤੁਸੀਂ ਬਾਹਰ ਜਿਹੜਾ ਵਾ ਉਹ ਗਏ ਆ ਅਤੇ ਕੀ ਤੁਹਾਡੇ ਨਾਲ ਬੀਤੀ ਆ ਅਤੇ ਕੀ ਕਹਿਣਾ ਚਾਹੋਗੇ ਜਿੱਥੇ ਸਰ ਜਿੱਦਾਂ ਮੇਰੀ ਮਾਮੀ ਮਾਮੇ ਨੇ ਮੈਨੂੰ ਭੇਜਿਆ ਇੱਥੋਂ ਹੋਸਪਿਟਲ ਦੀ ਜੋਬ ਕਿਹਾ ਉੱਥੇ ਮੈਨੂੰ ਗਲਤ ਕੰਮ ਲਈ ਮਜਬੂਰ ਕੀਤਾ ਜਾਂਦਾ ਮੈਨੂੰ ਨਹੀਂ ਬਾਕੀ ਹੋਰ ਵੀ ਕੁੜੀਆਂ ਨੂੰ ਮਜਬੂਰ ਕੀਤਾ ਜਾਂਦਾ ਇਸ ਕਰਕੇ ਮੈਂ ਕਹਿੰਦੀ ਜਿੱਦਾਂ ਸਰਕਾਰ ਨੇ ਮੇਰੀ ਮਦਦ ਕੀਤੀ ਉਹਨਾਂ ਦੀ ਮਦਦ ਕੀਤੀ ਜਾਵੇ ਕਿਸ ਤਰ੍ਹਾਂ ਗਏ ਸੀ ਏਜੰਟ ਦੇ ਥਰੂ ਗਏ ਸੀ ਹਾਂਜੀ ਸਰ ਏਜੰਟ ਦੇ ਥਰੂ ਤੇ ਕਿੰਨੇ ਪੈਸੇ ਉਹਨਾਂ ਨੇ ਤੁਹਾਨੂੰ ਸਰ ਮੇਰੇ ਤੋਂ 70,000 ਰੁਪਏ ਲਿਆ ਕੈਸ਼ ਦਿੱਤਾ ਜੀ ਤੇ ਕਿਹੜੇ ਸ਼ਹਿਰ ਗਏ ਸੀ ਮਾਸਕਟੋ ਮਾਨ ਸਰ फोन फड़ ले पासपोर्ट फड़ ले तो कमरे च रख दिता उत्तों लॉक लाते होर भी मेरे तो अलावा होर भी बहुत कुड़ियां सीगी होस्पिटल दी जॉब आ जिद्दां तूं इत्थे काम कर रही उद्दे तूं उत्थे काम करना सैलरी भी वधिया उत्थे सैलरी भी घट ही तो काम भी कहिंदे अगर नहीं तो होस्पिटल दा कोई भी काम करना तुहानू गलत काम विच मजबूर किया जांदा फिर जल्दी ਉੱਥੇ ਕੋਈ ਹਸਪੀਟਲ ਸੀਗਾ ਜਦੋਂ ਤੁਸੀਂ ਨਹੀਂ ਸਾਰੇ ਸਿਰਫ ਆਫਿਸ ਸੀ ਉੱਥੇ ਕੁੜੀਆਂ ਹੋਰ ਵੀ ਬੰਦ ਕੀਤੀਆਂ ਹੋ ਕਮਰਿਆਂ ਦੇ ਵਿੱਚ ਤੇ ਕਿੰਨੀ ਜਿਹੜੀ ਤਨਖਾਹ ਤੁਹਾਨੂੰ ਕਹਿੰਦੇ ਸੀਗੇ ਜਦੋਂ ਇੱਥੋਂ ਏਜੰਟ ਨਾਲ ਗੱਲ ਹੋਈ ਸਰ ਇੱਧਰ 30,000 ਰੁਪਇਆ ਕਹਿੰਦੇ ਉਧਰ ਲਈ ਤਾਂ ਬਹੁਤ ਘੱਟ ਦਿੰਦੇ ਸੈਲਰੀ ਤੇ ਕਿਸ ਤਰ੍ਹਾਂ ਤੁਹਾਨੂੰ ਜਿਸ ਤਰ੍ਹਾਂ ਸਾਨੂੰ ਪਤਾ ਲੱਗਾ ਕਿ ਤੁਹਾਨੂੰ ਮਾਰਦੇ ਕੁੱਟਦੇ ਵੀ ਸੀਗੇ ਤੇ ਬੰਦ ਕਰਕੇ ਰੱਖਦੇ ਇੱਕ ਤੇ ਰੋਟੀ ਕਿਸ ਟਾਈਮ ਦਿੰਦੇ ਸੀਗੇ ਸਰ ਇੱਕ ਟਾਈਮ ਹੀ ਖਾਣਾ ਦਿੰਦੇ ਸੀ ਦੁਪਹਿਰ ਨੂੰ ਬਸ ਬਹੁਤ ਮੰਦੀ ਹਾਲਤ ਸੀਗੀ ਬਹੁਤ ਬੁਰਾ ਹਾਲ ਸੀ ਕਹਿੰਦਾ ਰੋ ਰੋ ਕੇ ਗੱਲ ਵੀ ਨਹੀਂ ਸਾਡੇ ਨਾਲ ਹੁੰਦੀ ਸਾਨੂੰ ਪਤਾ ਨਹੀਂ ਕਿੱਦਾਂ ਠੀਕ ਆ ਕਿ ਨਹੀਂ ਰੋਟੀ ਖਾਧੀ ਆ ਕਿ ਨਹੀਂ ਕੀ ਹਿਸਾਬ ਕਿਤਾਬ ਕੰਮ 'ਤੇ ਗਈ ਆ ਕਿ ਨਹੀਂ ਹੋਸਪਿਟਲ ਤਾਂ ਕਹਿ ਕੇ ਕੱਲ੍ਹ ਤਾਂ ਇੱਧਰੋਂ ਸਾਫ਼ ਸਫਾਈ ਕਰਨੀ ਕੁਛ ਕਰਨਾ ਉੱਧਰ ਜਾ ਕੇ ਇਹਨੂੰ ਗਲਤ ਕੰਮ 'ਚ ਮਜਬੂਰ ਕਰਦੇ ਸੀਗੇ ਅਤੇ ਬਹੁਤ ਦੁਖੀ ਹੋ ਗਏ ਸੀਗੇ ਜੇ ਸਾਨੂੰ ਇਹ ਗੱਲ ਦਾ ਪਤਾ ਲੱਗਾ ਮੇਰੇ ਮਾਮੇ ਨੇ ਅਤੇ ਮਾਮੀ ਨੇ ਮੇਰੇ ਨਾਲ ਬਹੁਤ ਮਾੜਾ ਕੀਤਾ ਵਾ ਮੇਰੇ ਨਾਲ ਆਪਦੇ ਮੇਰੇ ਧੋਖਾ ਕਰ ਗਿਆ ਜੀ ਬਗਾਨੇ 'ਤੇ ਚਲੋ ਕਰ ਹੀ ਦਿੰਦੇ ਆ ਅਤੇ ਬਹੁਤ ਮਾੜਾ ਕੀਤਾ ਕਹਿੰਦੇ ਨਾ ਕੁੱਟਮਾਰ ਬਹੁਤ ਕੀਤੀ ਉੱਧਰ ਅਤੇ ਇੱਧਰੋਂ ਮੈਨੂੰ ਬਹੁਤ ਪਿਆਰ ਨਾਲ ਇਹਨੂੰ ਕਿਹਾ ਸੀਗਾ ਵੀ ਤੁਹਾਡਾ ਘਰ ਬਣ ਜੂਗਾ ਜਗ੍ਹਾ ਬਣ ਜੂਗੀ ਚਲੋ ਜੀ ਅਸੀਂ ਚੱਲ ਗਏ ਉਹਨਾਂ ਦੇ ਮਗਰ ਲੱਗ ਕੇ ਪਰ ਉੱਧਰ ਜਾ ਕੇ ਬਹੁਤ ਮਾੜਾ ਕੀਤਾ ਇਹਦੇ ਨਾਲ ਜਿਹੜੇ ਮਾਮਾ ਮਾਮੀ ਦੀ ਗੱਲ ਕਰ ਰਹੇ ਹੋ ਏਜੰਟ ਹਾਂਜੀ ਏਜੰਟ ਆ ਜਿੱਦਾਂ ਉਹਨਾਂ ਦੇ ਨਾਲ ਕੇਰਲਾ ਦਾ ਏਜੰਟ ਆ ਜਿਹੜਾ ਮੇਨ ਏਜੰਟ ਉਹਨਾਂ ਦੇ ਨਾਲ ਕੇਰਲਾ ਦਾ ਏਜੰਟ ਉਹਦੇ ਘਰ ਵੀ ਜਾਂਦੇ ਆਉਂਦੇ ਜਾਂਦੇ ਸਭ ਕੁਝ ਪਤਾ ਉਹਨਾਂ ਨੂੰ ਪਰ ਇਸ ਟਾਈਮ ਉਹ ਕਹਿ ਰਹੇ ਆ ਕਿ 3 ਲੱਖ ਰੁਪਈਆ ਦਾ ਉਹਦੇ ਤੁਹਾਡੀ ਘਰ ਦੀ ਨੂੰ ਫਿਰ ਵਾਪਸ ਕੀਤਾ ਜਾਊਗਾ ਇੰਡੀਆ ਪਰ ਮੈਂ 3 ਲੱਖ ਰੁਪਈਆ ਨਹੀਂ ਦੇ ਸਕਦਾ ਸਰ ਮੈਂ ਸਰਕਾਰ ਤੱਕ ਮੰਗ ਕੀਤੀ ਪੁਲਿਸ ਕੇਸ ਕੀਤਾ ਇਹਨਾਂ 'ਤੇ ਏਜੰਟ 'ਤੇ ਫਿਰ ਮੇਰੀ ਹੈਲਪ ਹੋਈ ਫਿਰ ਮੈਨੂੰ ਉਹਨਾਂ ਨੇ 1-2 ਦਿਨ ਬਾਅਦ ਫੋਨ ਕੀਤਾ ਵੀ ਟਿਕਟ ਕਰਾਓ ਅਤੇ ਪੈਸੇ ਰਹਿਣ ਦਿਓ ਪਰ ਮੇਰੇ ਤੋਂ ਟਿਕਟ ਲਈ ਪੈਸੇ ਵੀ ਨਹੀਂ ਹੋ ਰਹੇ ਸੀਗੇ ਫਿਰ ਮੈਂ ਵਿਆਜੀ ਚੱਕ ਕੇ ਟਿਕਟ ਲਈ ਪੈਸੇ ਕਰਾ ਕੇ ਫਿਰ ਆਪਣੀ ਘਰ ਦੀ ਨੂੰ ਵਾਪਸ ਕੀਤਾ ਵਾ ਅੱਜ ਹੀ ਆਏ ਇੰਡੀਆ
जिस तरह तुम दस रहे हो जिस तरह तुम्हारी पत्नी हसबैंड वाइफ ने दसिया कि 70,000 रुपया पहले उन्होंने देता है तो 70,000 पहुँचाना है कि होर मांग कर रहे पैसे नहीं सर 70,000 की गल हुई सी तो जिदा कहते भी इधरों तुहाडा टिकट वीजा 1,50,000 रुपया देना पड़ेगा होर तो उधर जाके तुम अद्धे कटाने इधर तुहाडा सारा क्लीयर 70,000 रुपया लगेगा इंडिया इंडिया जाने का बार चलो सीगा ठीक है कोई गल नहीं बाकी तनखा जो कटा दूंगे जिन्हें दिन इन्हू काम कराया उन्होंने बन के रखिया 4 दिन काम तो लाते ही रोटी भी नहीं देंगे तो बन के रखते तो इन कोई 1 रुपया नहीं दिता उन्होंने जिदा उतों भुखी तो आई आ एयरपोर्ट से उन्होंने घलता इनू फिर मारिया भी है कहती मैं आने लगी भी तू इंडिया चली पैसे नहीं दे के चली तो तेरे सामने खड़ी है देख लो पुछ लो भला सर तुम तो बहुत मंदा हाल करके घलिया वा तो मामा मामी कितने दे रहने ये पठानकोट बाईपास जलंधर के नाल ही राऊ वाला पिंड है जी इन्होंने इस तरह हम तुहाडी वाइफ पहुँच गई हम की मांग की करती थी सरकार को सर मैं मांग यो करता जिदा मेरे घर की आई है ना जिदा मेरिया भैन उत्थे भरा जिन्हें भी फसे आ उन्होंने भी इदा ही बुलाया जाए जिदा मैं बुलाया अपनी घर दी सरकार तो सर यो चाहते हैं तो एजेंट तो कानूनी कार्रवाई की जाए जेडे मेरे पैसे अड़े और सरकार मैं दवा दे वापस बस यो मांग करते